ਅਸਲਾਮ ਅਲੈਕੁਮ ਜੀ ਵੀਰੋ ਅਤੇ ਵੀਰਨੀ ਹੋ, ਐਂ ਨਹੀਂ ਉਹ ਨਾਨ ਜਿਨ੍ਹਾਂ ਨੇ ਤੁਹਾਡੀਆਂ ਨੀਂਦਰਾਂ ਉਡਾਈਆਂ ਨੇ। ਕੋਸਾ ਪਾਣੀ ਲੈਣਾ, ਇੱਕ ਟੇਬਲ ਸਪੂਨ ਯੀਸਟ, ਇੱਕ ਟੇਬਲ ਸਪੂਨ ਚੀਨੀ, ਇੱਕ ਟੇਬਲ ਸਪੂਨ ਨਮਕ। ਕਮਾਓ ਫਰਾਓ ਅਤੇ ਉੱਤੇ ਟਕਣਾ ਦੇ ਕੇ ਇਸਕਾ ਮੂੰਹ ਬੰਦ ਕਰ ਦਿਓ, ਠੀਕ ਹੈ। ਅਬ ਚਾਰ ਕੱਪ ਮੈਦਾ, ਉਸਮੇ ਇੱਕ ਟੇਬਲ ਸਪੂਨ ਬਾਇਕਾਰਬੋਨੇਟ ਸੋਡਾ, ਇੱਕ ਟੇਬਲ ਸਪੂਨ ਬੇਕਿੰਗ ਪਾਊਡਰ, ਇੱਕ ਟੇਬਲ ਸਪੂਨ ਕਲਵੰਜੀ, ਦੋ ਅੰਡੇ ਫੈਂਟੇ ਹੋਏ, ਚਾਰ ਟੇਬਲ ਸਪੂਨ ਕੀ ਕਹਿੰਦੇ ਨੇ ਦਹੀਂ ਅਤੇ ਚਾਰ ਟੇਬਲ ਸਪੂਨ ਤੇਲ। ਅਤੇ ਬਸ ਇਸਕੋ ਫਿਰ ਦੁੱਧ ਡਾਲ ਕੇ ਨਾ ਕੋਸਾ ਕੋਸਾ ਦੁੱਧ ਡਾਲਣਾ, ਠੀਕ ਹੈ। ਇਸਕੋ ਫਿਰ ਆਪਣੇ ਨਾ ਐਸੇ ਬਸ ਕਮਾਈ ਜਾਣਾ ਕਮਾਈ ਜਾਣਾ। ਭਾਂਡਾ ਖੁੱਲ੍ਹਾ ਲੈਣਾ ਹੈ ਤਾਂ ਕਿ ਉਸਮੇ ਸੇ ਅੱਛੀ ਤਰ੍ਹਾਂ ਸੇ ਗੁੰਨਾ ਜਾਏ, ਠੀਕ ਹੈ। ਦੇਖੇ ਕਿਤਨਾ ਪੋਲਾ ਗੁੰਨਾ ਗਿਆ ਹੈ। ਅਬ ਇਸਕੋ ਜ਼ਰਾ ਸਖਤ ਹੱਥੋਂ ਸੇ ਮਿਕਸ ਕਰੇ। ਅਬ ਸਰਫਿਸ ਪੇ ਥੋੜਾ ਸਾ ਤੇਲ ਲਗਾਏ ਔਰ ਇਸਕੋ ਮੁੱਕੀ ਦੇ ਲੇ ਆਪ, ਠੀਕ ਹੈ। ਮੁੱਕੀ ਦੇ ਕੇ ਇਸਕੋ ਫਿਰ ਆਪਣੇ ਇਸ ਭਾਂਡੇ ਮੇ ਡਾਲ ਕੇ ਬੰਦ ਕਰ ਦੇਣਾ ਹੈ। ਕਲਿੰਗ ਫਿਲਮ ਲਗਾ ਕੇ ਚਾਰ ਘੰਟੇ ਕੇ ਲਈ ਕਿਸੇ ਗਰਮ ਜਗ੍ਹਾ ਪੇ ਇਹਨੂੰ ਸੌਣ ਵਾਸਤੇ ਛੱਡ ਦਿਓ, ਠੀਕ ਹੈ। ਇਹ ਜੇ ਰੈਸਿਪੀ ਤਾਂ ਬਣਾਈਓ ਅਤੇ ਖਾਈਓ ਅਤੇ ਇੰਜੋਏ ਕਰਿਓ। ਓਕੇ, ਬਾਏ।